ਸ਼ਰਮ ਨਹੀਂ ਆਉਂਦੀ ਆਪਣੇ ਆਪ ਨੂੰ ਵਕੀਲ ਕਹਾਉਂਦਿਆਂ ਨੂੰ। ਰੱਬ ਕਰੇ ਤੁਹਾਡਾ ਨਾ ਕਿਤੇ ਮਕਾਨ ਵਿਕ ਜੇ ਅਤੇ ਤੁਹਾਨੂੰ ਰਹਿਣਾ ਪਵੇ ਮੇਰੇ ਵਾਂਗੂ ਕਿਰਾਏ ਦੇ ਮਕਾਨ 'ਤੇ, ਫਿਰ ਤੁਹਾਨੂੰ ਪਤਾ ਲੱਗੇ ਕਿਰਾਏਦਾਰਾਂ ਦੇ ਦੁੱਖ ਕੀ ਹੁੰਦੇ ਨੇ। ਭਾਅ ਜੀ ਐਂ ਨਾ ਕਹੋ, ਡੈਡੀ ਵੱਲੋਂ ਮੈਂ ਮਾਫ਼ੀ ਮੰਗਦਾ। ਉਹ ਕਿਰਾਏਦਾਰ ਨੇ ਇਹੋ ਜਿਹੇ ਕੁੱਤਿਆਂ ਦੀਆਂ ਕਰਦੀ ਕਰਦੇ ਹੋ ਜਿਹੜਾ ਬਾਅਦ 'ਚ ਤੁਹਾਨੂੰ ਮਾਫ਼ੀਆਂ ਮੰਗਣੀਆਂ ਪੈਂਦੀਆਂ ਨੇ। ਤੂੰ ਆਹ ਫੜ ਆਪਣੀ ਚਾਬੀ, ਆਹ ਫੜ ਪੈਸੇ, ਮੇਰਾ ਖੜਾ ਛੱਡੋ। ਵਾਹ ਕੀ ਭਾਅ ਜੀ, 20 ਦਿਨ ਦਾ ਕਿਰਾਇਆ, ਮਹੀਨਾ ਤਾਂ ਪੂਰਾ ਕਰ ਜਾਓ। ਉਹ ਤੁਹਾਡੇ ਮਹੀਨਾ ਪੂਰਾ ਹੋਣ ਦੇ ਚੱਕਰ 'ਚ ਮੈਂ ਪੂਰਾ ਨਹੀਂ ਹੋਣਾ। ਇੰਨਾ ਤਾਂ ਸਟੇਸ਼ਨ 'ਤੇ ਪਏ ਭਈਆਂ ਨੂੰ ਪੁਲਿਸ ਤੰਗ ਨਹੀਂ ਕਰਦੀ ਜਿੰਨਾ ਤੇਰਾ ਪਿਓ ਕਿਰਾਏਦਾਰਾਂ ਨੂੰ ਕਰਦਾ। ਵਕੀਲ ਬੰਦੇ ਨੂੰ ਥੋੜ੍ਹਾ ਵੱਧ ਬੋਲਣ ਦੀ ਆਦਤ ਹੁੰਦੀ ਹੈ ਬਸ। ਵੱਧ? ਉਹ ਪਹਿਲੀ ਵਾਰ ਦੇਖਿਆ ਮੈਂ ਇਹੋ ਜਿਹਾ ਵਕੀਲ ਜਿਹੜਾ ਸਬਜ਼ੀ ਵੇਚਣ ਵਾਲਾ ਤੋਂ ਵੀ ਵੱਧ ਬੋਲਦਾ। ਪਤਾ ਨਹੀਂ ਕੀ ਖਾਂਦਾ ਨਾ ਸਾਲਿਆ। ਤੇਰੇ ਪਿਓ ਦਾ ਖਾਣਾ ਹੋਏ ਲਾ ਗਿਆ ਤੁਹਾਡਾ ਹਿਟਲਰ ਸਾਹਿਬ। ਨਾ ਹੁਣ ਕਿੱਧਰ ਨੂੰ ਭੱਜਦਾ ਹੋਏ ਸਾਲਾ ਹਿਟਲਰ ਦੱਸਦਾ। ਘੰਟੇ ਦਾ ਜਵਾਕ ਤੇ ਛਾਉਣ ਲੱਗਿਆ ਹੋਇਆ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਠੰਡ ਲੱਗਦੀ ਹੈ ਤਾਂ ਪਾਇਆ। ਓਏ ਕੀ ਬਕਵਾਸ ਕਰ ਰਿਹਾ, ਮੈਂ ਥੋੜੀ ਇਹ ਕਰ ਰਿਹਾ। ਵਾਓ ਮੇਰੇ ਰੱਬਾ, ਉਹ ਕੈਸਾ ਕਮਲਿਆਂ ਦਾ ਟੱਬਰ ਆ, ਲੋਕਾਂ ਦੇ ਘਰੇ ਗਾਂ ਰੱਖੀ ਹੁੰਦੀ ਹੈ, ਇਹਨਾਂ ਨੇ ਪਾ ਰੱਖਿਆ ਹੋਇਆ। ਕੀ ਕਿਹਾ? ਪਾ ਸਾਲਿਆ ਦੰਦੀਆਂ ਕੱਢਣ ਲੱਗਿਆ ਹੋਇਆ, ਪਿਓ ਤੇਰੇ ਨੂੰ ਪਾ ਕੇ ਗਿਆ, ਸਾਲੇ ਨੂੰ ਮੂਹਦਾ ਪਾ। ਤੇਰੀ ਓ ਮੇਰਿਆ ਸਾਲਿਆ, ਤੈਨੂੰ ਮੈਂ ਦੱਸਦਾ। ਹਾਂ ਦੱਸ। ਹਾਂ ਕੁਛ ਨਹੀਂ।